ਮੁਕਾਬਲਾ ਕਰਨਾ ਪਊ ਤਾਂ ਜੋ ਜਿਹੜਾ ਭੈਣ ਟਿਕਟ ਲਵੇ ਨਾ ਟਿਕਟ ਲਵਾਉਣ ਤੋਂ ਬਾਅਦ ਵੱਲ ਜਿਹੜੀ ਵੀ ਅਪਡੇਟ ਆਉਂਦੀ ਹੈ ਉਹ ਵਾਲਾ ਤੁਹਾਡੇ ਨਾਲ ਸ਼ੇਅਰ ਕਰ ਸਕਦਾ। ਅਸਲਾਮ ਵਾਲੇਕੁਮ ਜੀ, ਕਿਆ ਹਾਲ? ਠੀਕ ਹੋ ਤਾਂ ਬੈਸਟ। ਠੀਕ ਹੈ, ਮੈਂ ਮੁਹੰਮਦ ਇਰਫਾਨ ਅਤੇ ਤੁਸੀਂ ਪਿਓ ਯੂਟਿਊਬ ਚੈਨਲ ਆਰ ਜੇ ਇਰਫਾਨ ਮਲਿਕ। ਟਾਈਮ ਸੀਗਾ ਅਸੀਂ ਪੂਰੀ 12 ਦਾ, ਅਤੇ ਅੱਜ ਸਮੇਂ ਦੇ ਪੈਂ ਬਫਰ ਗੱਲ ਬੰਨ ਕੇ ਲਵੇ ਨੇ ਟਿਕਟ ਅਤੇ ਬਲਾਕ ਪੈਂਦੇ ਪੈਂ ਬਾਰੇ ਵਾਸਤੇ ਇਹ ਗੁੱਡ ਨਿਊਜ਼ ਅਸੀਂ ਲੈ ਕੇ, ਮੇਰੇ ਵਾਸਤੇ ਬੈਡ ਨਿਊਜ਼ ਹੈ ਭਾਈ, ਕਿਉਂਕਿ ਖੁਸ਼ੀ ਕਿਨੂੰ ਆਪਣੇ ਮੁਲਕ ਪਾਕਿਸਤਾਨ ਕੋ ਕੋਈ ਨਹੀਂ ਸੁਣਦਾ, ਲੇਕਿਨ ਮਜਬੂਰ ਹੈ ਕੁਝ ਐਸੇ ਹੋਣ ਕਿ ਆਪਣੇ ਮੁਲਕ ਕੋਲੋਂ ਬੰਦੇ ਕੋ ਦੂਰ ਕਰ ਦਿੰਦੇ। ਤਾਂ ਕੋਈ ਗੱਲ ਨਹੀਂ, ਹਾਲਾਤ ਦੇ ਨਾਲ ਮੁਕਾਬਲਾ ਕਰਨਾ ਪਊ ਤਾਂ ਜੋ ਜਿਹੜਾ ਭੈਣ ਟਿਕਟ ਲਵੇ ਨਾ ਟਿਕਟ ਲਵਾਉਣ ਤੋਂ ਬਾਅਦ ਵੱਲ ਜਿਹੜੀ ਵੀ ਅਪਡੇਟ ਆਉਂਦੀ ਹੈ ਉਹ ਵਾਲਾ ਤੁਹਾਡੇ ਨਾਲ ਸ਼ੇਅਰ ਕਰ ਸਕਦਾ। ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਸਾਰੇ ਚੈਨਲ ਕੋ ਮਾਰੋ ਸਬਸਕ੍ਰਾਈਬ, ਅਤੇ ਨਾਲ ਸ਼ੁਰੂ ਕਰਨੇ ਪਾ ਅੱਜ ਦੀ ਮਜ਼ੇਦਾਰ ਵੀਡੀਓ। ਸਾਡੇ ਰੋਡ ਦੀ ਹਾਲਤ ਤੁਸੀਂ ਖੁਦ ਦੇਖ ਲੀਜੀ ਕੈਸੀ ਹੈ ਭਾਈ। ਈ ਰੋਡ ਦੇ ਉੱਤੇ ਵੰਜਣ ਵਾਸਤੇ ਬੰਦੇ ਕੋ ਜਿਗਰਾ ਰੱਖਣਾ ਪਾਉਂਦੇ, ਜਿਗਰਾ ਨਾ ਰੱਖੇ ਸੋ ਤਾਂ ਅੱਧਾ ਦੇਖ ਕੇ ਪਹਿਲੇ ਮੁੱਕ ਵੇਸੋ, ਜਾਂ ਅਗਰ ਵੇਸੋ ਤਾਂ ਮੋਟਰਸਾਈਕਲ ਰਸਤੇ ਲਾਜ਼ਮੀ ਪੰਚਰ ਥੀ ਸੀ। ਇਹ ਰੋਡ ਦੇ ਸਾਹਮਣੇ ਕੰਡੀਸ਼ਨ ਦੇਖੋ ਮਾਸ਼ਾਅੱਲਾ, ਇੱਕ ਇੱਕ ਗੱਡਿਆ ਪੁੱਠਾ ਸਿੱਧਾ ਵੱਲਿਆ ਕਰਨ, ਅਤੇ ਇਹ ਦੇਖੋ ਇਹ ਸਾਈਡ ਤੋਂ ਬਾਈ ਗੱਡੀਆਂ ਦੀ ਪਈ ਹੈ। ਮੈਂ ਸਾਊਦੀ ਅਰਬ ਰਹਿਣ ਕਹਿੰਦਾ ਨਹੀਂ ਗਿਆ, ਅਤੇ ਰੋਡ ਦੀ ਪੋਜੀਸ਼ਨ ਖਰਾਬ ਥਾਈ ਹੋਈ। ਪਹਿਲੇ ਰੋਡ ਕਾਫੀ ਬਿਹਤਰ ਹੈ, ਇਹਨਾਂ ਕੋਸ਼ਿਸ਼ ਕੀਤੀ ਕਿ ਸਹੀ ਬਣਾਉਂ, ਉੱਤੇ ਰੋੜਾ ਪਾ ਕੇ ਰੱਖ ਲਿਆ। ਤਕਰੀਬਨ 2.5 ਸਾਲ ਥੀ ਗਏ ਨਹੀਂ ਰੋਡ ਦੇ ਉੱਤੇ ਕੋਈ ਮਤਲਬ ਕੰਮ ਸ਼ੁਰੂ ਕੋਈ ਨਹੀਂ ਕੀਤਾ, ਅਤੇ ਜਿਹਦੀ ਵਜ੍ਹਾ ਤੋਂ ਲੋਕਾਂ ਦੇ ਕਾਫੀ ਨੁਕਸਾਨਾਤ ਦਿੰਦੇ ਪੈਣ, ਰੋਡ ਦੇ ਉੱਤੇ ਡਕੇਕਿਆਂ ਵਾਰਦਾਤਾਂ ਦਿਨਣ ਪੈਣ ਤੀਹ ਕੋ। ਮੇਰੀ ਮਹਿਕਮਾ ਰੋਡ ਵਾਲੇ ਕੋਲ ਰਿਕੁਐਸਟ ਹੈ ਕਿ ਬਰਾਹ ਕਰਮ MM ਰੋਡ ਜਿਹੜਾ ਮੀਆਂ ਵਾਲੀ ਰੋਡ ਹੈ ਇਹਦੇ ਉੱਤੇ ਕੋਈ ਨਜ਼ਰਸਾਨੀ ਕੀਤੀ ਵਜੇ, ਪਰ ਅਹਿਸਾਨ ਅਜ਼ੀਮ ਹੋ ਸੀ ਜੀ। ਪਿਆਰੇ ਦੋਸਤ, ਪਹੁੰਚ ਚੁੱਕੇ ਹਾਂ ਦੀਦਾਰ ਮਦੀਨਾ ਟ੍ਰੇਵਲਸ ਅਤੇ ਲਵੇ ਨੇ ਟਿਕਟ ਅਤੇ ਵਾਲਾ ਇਨਸ਼ਾਅੱਲਾ ਮਿਲਦੇ ਜੀ। ਵੈਲਕਮ ਬੈਕ ਪਿਆਰੇ ਦੋਸਤੋ, ਮਾਸ਼ਾਅੱਲਾ ਜਿਹੜਾ ਸਾਰਾ ਟਿਕਟ ਵਾਲਾ ਕੰਮ ਹੈ ਅਲਹਮਦੁਲਿਲਾ ਕੰਪਲੀਟ ਕਰਵਾ ਕੇ ਅਤੇ ਪਹੁੰਚ ਚੁੱਕੇ ਹਾਂ ਅਸਾਂ ਰਿਆਜ਼ ਹੁਸੈਨ ਸਾਕੀ ਦੇ ਸ਼ਾਗਿਰਦ ਕੋਲੋਂ, ਅਤੇ ਮਾਸ਼ਾਅੱਲਾ ਅਮਾਨਤ ਅਲੀ ਉਹਨਾਂ ਦਾ ਨਾਂ ਹੈ ਪਿਆ ਸਿੰਘਿਆ ਕਰਨ, ਕਾਫੀ ਅਰਸਾ ਥੀ ਗਏ ਇੱਕ ਰਿਆਜ਼ ਸਾਕੀ ਦੇ ਫਰਮਾ ਬਦਾਰ ਸ਼ਾਗਿਰਦ ਵੀ ਹਨ। ਅੱਜ ਅਸਾਂ ਇਹਨਾਂ ਕੋਲੋਂ ਡੋੜੇ ਮਈਆ ਔਰ ਸੌਂਗ ਸੁਣਦੇ, ਉਮੀਦ ਹੈ ਕਿ ਤੁਹਾਨੂੰ ਸੁਣ ਕੇ ਬਹੁਤ ਜ਼ਿਆਦਾ ਪਸੰਦ ਆ ਸਨ। ਸਭ ਤੋਂ ਪਹਿਲੇ ਤੁਹਾਡਾ ਤਾਰਫ ਕਰਵਾ ਨੇ ਸਿੰਘਰ ਅਮਾਨਤ ਅਲੀ ਸਾਹਿਬ ਨਾਲ। ਅਸਲਾਮ ਵਾਲੇਕੁਮ। ਵਾਲੇਕੁਮ ਅਸਲਾਮ ਭਾਈ ਜਾਨ, ਕੀ ਹਾਲ ਹੈ? ਠੀਕ ਹੋ? ਤਬੀਅਤ ਸਿਹਤ ਠੀਕ ਹੈ? ਬਿਲਕੁਲ। ਕਿਤਨੇ ਅਰਸੇ ਤੁਸੀਂ ਸਿੰਗਿੰਗ ਕਰਦੇ ਪਏ ਹੋ? ਅਸਾ ਸਰ ਕਮ ਸੇ ਕਮ ਸਰ 15-16 ਸਾਲ ਤੋਂ ਲੈ ਕੇ ਆ ਸਰ। 15-16 ਸਾਲ ਰਿਆਜ਼ ਸਾਹਿਬ ਸਾਹਿਬ ਕੋਲ ਹੀ ਵਈਆ? ਪਹਿਲੇ ਵੀ ਆ ਰਹੇ ਤੁਸੀਂ ਕੰਮ ਕਿਨੀ ਕਰਦੇ ਆਵੇ ਸਿੱਖਦੇ ਆਵੇ? ਕਹਿ ਨਾ ਸਰ, ਰਿਆਜ਼ ਸਾਹਿਬ ਸਾਹਿਬ ਮਾਸ਼ਾਅੱਲਾ, ਤੁਹਾਡੇ ਰਿਆਜ਼ ਸਾਹਿਬ ਸਾਹਿਬ ਦਾ ਮਾਸ਼ਾਅੱਲਾ ਬਹੁਤ ਵੱਡਾ ਨਾਂ ਹੈ ਪਿਆ। ਜੀ ਜੀ, ਮੁਜ਼ੱਫਰਗੜ੍ਹ ਦਾ ਫਖਰ ਹੈ। ਤਾਂ ਅੱਜ ਤੁਸੀਂ ਸਾਡੇ ਵਿਊਵਰਾਂ ਨੂੰ ਕਿਆ ਸੁਣਾਉਣਾ ਚਾਹੋ? ਅੱਛਾ ਸਰ, ਤੁਹਾਨੂੰ ਇੱਕ ਗੀਤ ਪੇਸ਼ ਕਰਦੇ ਹਾਂ ਜੀ। ਮਾਇਆ ਠੀਕ ਹੈ, ਕੋਈ ਦੌੜਾ ਠੀਕ ਹੈ, ਅਗਰ ਜਨਾਬ ਨੂੰ ਪਸੰਦ ਆਵੇ ਸਹੀ ਇਵੇਂ ਸੁਣਵਾਓ ਮਿੱਠਾ ਮਿੱਠਾ ਤੇ ਇਵੇਂ। ਮੈਂ ਆ ਕੇ ਮੇਰੇ ਵੀਰਾਂ ਨੂੰ ਕੰਨਾਂ ਵਿੱਚ ਠਾ ਠਾ ਹੁਣ ਕਰ ਰਹੇ ਨਾ ਸਰ, ਰਾਤ ਨੂੰ ਨੀਂਦ ਨਾ ਆਵੇ ਨਾ ਕੋਈ ਗਾਣਾ ਸੁਣ, ਮਜ਼ਾ ਆਵੇ ਸਰ। ਠੀਕ ਹੈ ਸਹੀ, ਬਹੁਤ ਮਿਹਰਬਾਨੀ। ਬਰਾਬਰ
ਪਿਆਰਾ ਦੋਸਤੋ ਤੁਸੀਂ ਸਿੰਗਰ ਅਮਾਨਤ ਅਲੀ ਸਾਹਿਬ ਦੇ ਗਾਣੇ ਸੁਣੇ ਹੋ ਸਨ, ਕਿਉਂਕਿ ਇਹਨਾਂ ਦੀ ਆਵਾਜ਼ ਬਹੁਤ ਹੀ ਸੁਰੀਲੀ ਹੈ ਭਾਈ। ਸਿੰਗਰ ਰਿਆਜ਼ ਹੁਸੈਨ ਸਾਕੀ ਦੇ ਮਾਸ਼ਾਅੱਲਾ ਸ਼ਾਗਿਰਦ ਦੇਣ ਪਏ, ਤਕਰੀਬਨ 15 ਸਾਲ ਤੋਂ ਰਿਆਜ਼ ਸਾਕੀ ਸਾਹਿਬ ਦੇ ਨਾਲ ਮਤਲਬ ਰਹਿੰਦੇ ਤਾਂ ਮਾਸ਼ਾਅੱਲਾ ਇਹਨਾਂ ਦੀ ਆਵਾਜ਼ ਕਮਾਲ ਹੈ ਭਾਈ। ਮੈਂ ਉਮੀਦ ਕਰਨਾ ਤੁਹਾਨੂੰ ਇਹਨਾਂ ਦੀ ਆਵਾਜ਼ ਸੁਣ ਕੇ ਬਹੁਤ ਜ਼ਿਆਦਾ ਪਸੰਦ ਹੋ ਸੀ। ਇਹਨਾਂ ਦੀ ਸਿੰਗਿੰਗ ਜਿਹੜੀ ਨਾ ਮਾਸ਼ਾਅੱਲਾ ਬਹੁਤ ਕਮਾਲ ਹੈ ਭਾਈ। ਅਗਰ ਤੁਸੀਂ ਸਿੰਗਿੰਗ ਵਾਸਤੇ ਅਮਾਨਤ ਅਲੀ ਸਾਹਿਬ ਕੋਲ ਸੱਜਣਾ ਹੋਵੇ ਤਾਂ ਉਹਨਾਂ ਦਾ ਰਾਬਤਾ ਨੰਬਰ ਜਿਹੜਾ ਇਹਨਾਂ ਸਕਰੀਨ ਤੋਂ ਸ਼ੋਅ ਦਿੰਦਾ ਪਏ, ਰਾਬਤਾ ਕਰ ਗਏ। ਸੋ ਠੀਕ ਹੈ ਮਾਨਤ ਭਾਈ, ਬਹੁਤ ਮਿਹਰਬਾਨੀ, ਕੋਈ ਇਜਾਜ਼ਤ ਮੰਗਦੇ ਧੜਕਾ ਹੈ ਨਾ ਬਸ। ਬਹੁਤ ਬਹੁਤ ਸ਼ੁਕਰੀਆ ਤੋ ਸਪੈਸ਼ਲ ਸਾ ਕੋ ਟਾਈਮ ਦਿੱਤੇ, ਤੁਹਾਨੂੰ ਹੌਸਲਾ ਅਫਜ਼ਾਈ ਕੀਤੇ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਠੀਕ ਹੈ ਸਹੀ, ਲਵ ਯੂ ਆਲ, ਅੱਲਾ ਹਾਫਿਜ਼। ਓਕੇ, ਅੱਲਾ ਹਾਫਿਜ਼।